ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਸਤੁਆਣਾ ਸਾਹਿਬ ਦੁਗਰੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਨਾਨਕ ਪਾਰਕ, ਗੁਰਦੁਆਰਾ ਸੰਤੋਖਸਰ ਸਾਹਿਬ, ਗੁਰਦੁਆਰਾ ਕਰਤਾਰ ਨਗਰ, ਆਤਮ ਨਗਰ ਪਾਰਕ, ਗੁਰਦੁਆਰਾ ਸਿੰਘ ਸਭਾ ਰੋਡ, ਗੋਲ ਮਾਰਕੀਟ, ਗੁਲਾਟੀ ਚੌਂਕ, ਮਾਡਲ ਹਾਊਸ, ਗੁਰਦੁਆਰਾ ਬੇਬੇ ਨਾਨਕੀ, ਦੁਗਰੀ ਰੋਡ, ਸੰਤ ਫਤਿਹ ਸਿੰਘ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ, ਬੈਂਡ ਬਾਜਿਆਂ, ਗੱਤਕਾ ਪਾਰਟੀਆਂ ਤੋਂ ਇਲਾਵਾ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸ਼ਬਦੀ ਜਥਿਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਨਗਰ ਕੀਰਤਨ ਦੇ ਰਸਤੇ ਵਿੱਚ ਵੱਖ ਵੱਖ ਸੰਸਥਾਵਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਚਾਹ ਪਕੌੜੇ, ਫਰੂਟ, ਕੋਲਡ ਡਰਿੰਕ, ਜੂਸ ਆਦਿ ਦੇ ਲੰਗਰ ਲਗਾਏ ਗਏ ਸਨ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਅਤੇ ਪ੍ਰੇਮ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸ ਪਾਰਟੀ ਦੇ ਕਮਲਜੀਤ ਸਿੰਘ ਕੜਬਲ ਅਤੇ ਹੋਰ ਪਤਵੰਤ ਤੇ ਸੱਜਣਾਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਈ ਭੇਟ ਕੀਤੇ ਗਏ। ਅੱਜ ਦਾ ਜਿਹੜਾ ਵਿਸ਼ਾਲ ਨਗਰ ਕੀਰਤਨ ਗੁਰੂ ਨਾਨਕ ਦੇਵ ਮਹਾਰਾਜ ਦੇ 550 ਸਾਲਾਂ ਦੇ ਸੰਬੰਧ 'ਚ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤ ਦੇ ਸਹਿਯੋਗ ਨਾਲ ਸਾਰੀਆਂ ਚੀਜ਼ਾਂ ਦਾ ਇਹ ਸਮੇਤ ਸਾਰੀਆਂ ਸੰਗਤਾਂ ਦਾ ਪੂਰਾ ਸਹਿਯੋਗ ਲੈਂਦੇ ਹੋਏ ਸਾਰੇ ਸ਼ਹਿਰ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਜਿਸ ਤਰ੍ਹਾਂ ਬਾਬੇ ਨਾਨਕ ਨੇ ਸਾਰੇ ਸੰਸਾਰ ਨੂੰ ਇੱਕ ਨਾਂ ਦਸੇ ਨਾਂ ਦੀ ਕਿਰਤ, ਹਰ ਅੱਬਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜੱਗ ਉਪਜਾ ਕੌਣ ਭਲੇ ਕੌਣ ਬੰਦੇ, ਸਾਰੇ ਸੰਸਾਰ 'ਚ ਸੰਦੇਸ਼ ਦੇ ਰਹੇ ਨੇ। ਅੱਜ ਅਸੀਂ ਵੀ ਇਸੇ ਤੌਰ ਦੇ ਪੂਰਨ 'ਤੇ ਚੱਲਦੇ ਹੋਏ ਜਿਵੇਂ ਬਾਬਾ ਮੱਖਸਾ ਲਵਾਣੇ ਦਾ ਟਾਂਡਾ ਅਤੇ ਮੁਕੇਰੀਆਂ ਵੱਲ ਨਗਰ ਕੀਰਤਨ ਦੇ ਰੂਪ 'ਚ ਬਕਾਲੀ ਬਾਬਾ ਫੂਲਾ ਸਿੰਘ ਦੇ ਸਥਾਨ 'ਤੇ ਉਹਨਾਂ ਦੇ ਪਿੰਡਾਂ 'ਚ ਇਲਾਕਾ ਦਾਖਲ ਦੇ ਲਹਿਰੇ ਗਾਗੇ ਦੇ ਇਲਾਕਿਆਂ 'ਚ ਘੜਾਮ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੀਰ ਭੀਖਮ ਸ਼ਾਹ ਦਾ ਮੇਲ ਹੋਇਆ ਉਹ ਥਾਂ 'ਤੇ ਵੀ ਇਹ ਵਿਸ਼ਾਲ ਨਗਰ ਕੀਰਤਨ ਕੱਢ ਕੇ, ਔਰ ਨਸ਼ੇ ਦਾ ਜੋ ਚੱਲ ਰਿਹਾ ਸਾਡੀ ਪਨੀਰੀ, ਸਾਡੇ ਬੱਚੇ, ਸਾਡੇ ਜਿਹੜੇ ਬਰਬਾਦ ਜੀਵਨ ਹੋ ਰਹੇ ਨੇ, ਉਹਨਾਂ ਦਾ ਦੋ ਚੀਜ਼ਾਂ ਦਾ ਖਾਸ ਕਰ ਅਸੀਂ ਘਰ ਘਰ ਸੰਦੇਸ਼ ਪਹੁੰਚਾਉਣ ਲਈ ਇਸ ਤਰ੍ਹਾਂ ਸਮਾਗਮ ਰਚੇ ਜਾ ਰਹੇ ਨੇ ਸਾਰੀਆਂ ਸੰਗਤਾਂ ਦਾ। ਜਿਵੇਂ ਗੁਰਦੁਆਰਾ ਸਾਡਾ ਮਸਤੁਆਣਾ ਸਾਹਿਬ ਤੋਂ ਇਹ ਅੱਜ ਦਾ ਵਿਸ਼ਾਲ ਨਗਰ ਕੀਰਤਨ 'ਚ ਚੱਲ ਰਿਹਾ, ਸਦਾ ਪ੍ਰੇਮ ਸਿੰਘ ਔਰ ਮਲਕੀਤ ਸਿੰਘ ਔਰ ਨਰਿੰਦਰ ਸਿੰਘ, ਸਰਜੀਤ ਸਿੰਘ ਜਿੰਨੇ ਜ਼ਿੰਮੇਵਾਰ ਨੇ, ਸਾਡੇ ਹੋਰ ਸਿੰਘ ਸਾਹਿਬ ਨੇ, ਸਾਡੇ ਬੀਬੀਆਂ ਸਾਡੇ ਨਾਲ ਇਸ ਮਸਲੇ ਸਹਿਯੋਗ ਦੇ ਰਹੀਆਂ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।